ਸਾਡੇ ਸਟੂਡੀਓ ਵਿੱਚ ਅਜੀਤ ਅੰਜੀਨ ਸ਼ਖਸੀਅਤ ਹਾਜ਼ਰ ਹੈ ਜੋ ਪੰਜਾਬੀ ਸਾਹਿਤਕ ਜਗਤ ਦਾ ਸਥਾਪਿਤ ਹਸਤਾਖਰ ਹੈ। ਇਹਨਾਂ ਨੇ ਕਾਵ ਆਲੋਚਨਾ ਸਿਧਾਂਤ ਅਤੇ ਸਮੀਖਿਆ ਦੀਆਂ ਕੋਈ 6 ਪੁਸਤਕਾਂ ਅਤੇ ਹਜ਼ਾਰਾਂ ਆਰਟੀਕਲ ਲਿਖੇ ਹਨ ਜੋ ਨਵੀਂ ਦ੍ਰਿਸ਼ਟੀਗੋਚਰ ਕਰਦੇ ਹਨ। ਮੇਰੀ ਮੁਰਾਦ ਹੈ ਸਾਡੇ ਸਟੂਡੀਓ ਵਿੱਚ ਡਾਕਟਰ ਦਵਿੰਦਰ ਸੈਫੀ ਜੀ ਆਏ ਹਨ ਸਟੂਡੀਓ 'ਚ ਆਉਣ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਜੀ ਸਾਹਿਬ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਸੈਫੀ ਜੀ। ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਬਚਪਨ ਅਤੇ ਸਿੱਖਿਆ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਜੀ। ਗਲੋਬਲ ਪੰਜਾਬੀ ਨਿਊਜ਼ ਦਾ ਮੈਂ ਧੰਨਵਾਦ ਕਰਦਾ, ਤੁਸੀਂ ਇਸਦੇ ਰਹਿਨੁਮਾ ਹੋ, ਚਲਾ ਰਹੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੈ। ਔਰ ਅੱਜ ਤੁਸੀਂ ਮੈਨੂੰ ਵਕਤ ਦਿੱਤਾ ਹੈ, ਇਹਦੇ ਲਈ ਵੀ ਤੁਹਾਡਾ ਵਿਸ਼ੇਸ਼ ਤੌਰ 'ਤੇ ਸ਼ੁਕਰੀਆ। ਔਰ ਬਹੁਤ ਸਾਰੇ ਜਿਹੜੇ ਦਰਸ਼ਕ ਨੇ, ਜਿਹੜੇ ਦੋਸਤ, ਵੀਰ, ਭੈਣ, ਬਜ਼ੁਰਗ, ਉਹਨਾਂ ਸਭ ਨੂੰ ਅਦਬ ਸਹਿਤ ਨਮਸਕਾਰ। ਤੁਹਾਡਾ ਪਹਿਲਾ ਸਵਾਲ ਹੈ ਜੀ ਬਚਪਨ ਅਤੇ ਸਿੱਖਿਆ ਬਾਰੇ। ਬਚਪਨ ਮੇਰਾ ਪਿੰਡ ਮਿਸ਼ਰੀ ਵਾਲਾ ਹੈ ਜੀ, ਫਰੀਦਕੋਟ ਦੇ ਜ਼ਿਲ੍ਹੇ ਦੇ ਵਿੱਚ ਜੀ। ਉੱਥੇ ਗੁਜ਼ਰਿਆ, ਪੰਜਵੀਂ ਕਲਾਸ ਤੱਕ ਮੈਂ ਉੱਥੇ ਪੜ੍ਹਿਆ ਜੀ। ਮੇਰੇ ਪਿਤਾ ਜੀ ਇੱਕ ਟਾਂਗਾ ਚਲਾਉਂਦੇ ਹੁੰਦੇ ਸੀ ਜੀ, ਕਬੀਲਦਾਰੀ ਵੱਡੀ ਸੀ ਕਾਫੀ। ਜਦੋਂ ਯੁੱਗ ਆਇਆ, ਟੈਂਪੂ ਬੱਸਾਂ ਵਗੈਰਾ ਆ ਗਈਆਂ, ਤਾਂ ਉਹ ਜਿਹੜਾ ਕਾਰੋਬਾਰ ਸੀ ਠੱਪ ਹੋ ਗਿਆ ਜੀ। ਉਸ ਕਰਕੇ ਉਹਨਾਂ ਨੇ ਉਹ ਕਬੀਲਦਾਰੀ ਨੂੰ ਤਾਂ ਜਿਹੜਾ ਬੋਝ ਨੂੰ ਹਲਕਾ ਕਰਨ ਵਾਸਤੇ ਜਾਂ ਚਲਾਉਣ ਵਾਸਤੇ ਲਾਗਲੇ ਪਿੰਡ ਮੋਰਾਂ ਵਾਲੀ ਦੁਕਾਨ ਪਾਈ ਛੋਟੀ ਜੀ। ਔਰ ਉਹਨਾਂ ਦੇ ਨਾਲ ਹੀ ਮੈਨੂੰ ਵੀ ਉੱਥੇ ਜਾਣਾ ਪਿਆ। ਔਰ ਉਸ ਤੋਂ ਬਾਅਦ ਉੱਥੇ ਹੀ ਪਿੰਡ ਦੇ ਹੋ ਕੇ ਰਹਿ ਗਏ। ਅੱਜ ਕੱਲ੍ਹ ਮੈਂ ਉਹ ਲੰਮੇ ਉਸ ਸਮੇਂ ਤੋਂ ਲੈ ਕੇ ਸਾਰੀਆਂ ਜੋ ਦਸਵੀਂ ਕੀਤੀ ਉਹ ਟੁੱਟੀ ਕੀਤੀ, ਉਹ ਮੋਰਾਂ ਵਾਲੀ ਤੋਂ ਟੁੱਟੀ ਜਾਂਦਾ ਸੀਗਾ। ਔਰ ਫਿਰ ਉਹ ਪਲੱਸ ਵਨ ਟੂ ਜਿਹੜੀ ਆ ਕੋਟਕਪੂਰੇ ਤੋਂ ਕੀਤੀ, ਉਹ ਵੀ ਉਸੇ ਪਿੰਡ ਰਹਿ ਕੇ ਹੀ। ਫਿਰ ਕਾਲਜ ਵਿੱਚ ਪੜ੍ਹੇ, ਬੀ ਐਡ ਕੀਤੀ, ਐਮ ਏ ਕੀਤੀ, ਐਮ ਫਿਲ, ਪੀ ਐਚ ਡੀ ਵਗੈਰਾ ਸਾਰਾ ਕੁਝ ਉੱਥੇ ਰਹਿ ਕੇ ਮੋਰਾਲੀ ਰਹਿ ਕੇ ਕੀਤਾ। ਔਰ ਉੱਥੋਂ ਦੇ ਅੱਜ ਕੱਲ੍ਹ ਮੈਂ ਜੋਬ ਵੀ ਉੱਥੇ ਕਰ ਰਿਹਾ ਜੀ, ਨੌਕਰੀ ਉੱਥੇ ਕਰ ਰਿਹਾ। ਸੋ ਬਚਪਨ ਦੇ ਬਾਰੇ ਜਿਹੜੀ ਤੁਸੀਂ ਪੁੱਛਿਆ, ਬਚਪਨ ਕਾਫੀ ਕਠਿਨ ਹਾਲਤਾਂ ਵਿੱਚੋਂ ਗੁਜ਼ਰਿਆ ਜੀ। ਬਹੁਤ ਜ਼ਿਆਦਾ ਸਖਤੀ, ਜਿਹਨੂੰ ਆਪਾਂ ਕਹਿੰਦੇ ਜ਼ਿੰਦਗੀ ਦੇ ਇਮਤਿਹਾਨ ਸੀਗੇ, ਜਿਹਦੇ ਵਿੱਚ ਮੈਂ ਸੋਚਦਾ ਹੁੰਦਾ ਕਿ ਜਿਹੜੇ ਬੰਦੇ ਨੂੰ ਸੌਖੀ ਤਰ੍ਹਾਂ ਪਾਣੀ ਮਿਲ ਜਾਂਦਾ ਹੈ, ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਸੌਖੀ ਵੀ ਪਿਆਸ ਕੀ ਚੀਜ਼ ਹੈ। ਜਿਹੜੇ ਬੰਦੇ ਨੂੰ ਕਦੇ ਭੁੱਖ ਨਹੀਂ ਲੱਗੀ ਜਾਂ ਭੁੱਖ ਹੁਣ ਤੜਫਿਆ ਨੀਗਾ, ਉਹਨੂੰ ਰੋਟੀ ਦੇ ਸਵਾਦ ਦਾ ਨਹੀਂ ਪਤਾ ਲੱਗਦਾ ਜੀ। ਸੋ ਮੈਂ ਇਹ ਸਾਰੀਆਂ ਚੀਜ਼ਾਂ ਸਹੀਆਂ ਨੇ, ਜ਼ਰੀਆਂ ਨੇ। ਅਸੀਂ ਵੱਟਾਂ ਤੋਂ ਘਾਹ ਖੋਤਿਆ, ਤੂੜੀਆਂ ਇਕੱਠੀਆਂ ਕੀਤੀਆਂ, ਜੋ ਫਾਦਰ ਸਾਹਿਬ ਦੀ ਸਥਿਤੀ ਸੀਗੀ ਜਾਂ ਪਰਿਵਾਰ ਦੀ ਸਥਿਤੀ ਸੀਗੀ, ਸੋ ਮੈਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ। ਫਿਰ 8ਵੀਂ ਦੇ ਵੇਲੇ ਮੈਨੂੰ ਹਟਾਉਣਾ ਵੀ ਚਾਹੁੰਦੇ ਸੀਗੇ ਉਹ ਸਕੂਲ ਚੋਂ, ਕਿ ਮੇਰੇ ਨਾਲ ਕੰਮ ਕਰ ਤੇ ਪੜ੍ਹਾਈ ਦਾ ਕੋਈ ਫਾਇਦਾ ਨਹੀਂ ਗਾ। ਔਰ ਆਮ ਤੌਰ ਤੇ ਨੌਕਰੀ ਜਿਹੜੀ ਸਿਫਾਰਸ਼ੀ ਲੋਕਾਂ ਨੂੰ ਮਿਲਦੀ ਹੈ, ਲੇਕਿਨ ਮੈਂ ਦ੍ਰਿੜਤਾ ਸੀਗੀ ਉਸ ਵੇਲੇ ਬਚਪਨ ਦੀਆਂ ਜੋ ਕਹਾਣੀਆਂ ਜੋ ਅੱਛੇ ਰਾਈਟਰ ਪੜ੍ਹੇ ਸੀਗੇ, ਇੱਕ ਦ੍ਰਿੜਤਾ ਸੀਗੀ ਮਨ ਦੇ ਵਿੱਚ ਕਿ ਮੈਂ ਆਪਣਾ ਇਹ ਕਰਮ ਜਾਰੀ ਰੱਖਣਾ ਹੈ, ਕਿਉਂਕਿ ਮੇਰੀ ਬਿਰਤੀ ਇਸ ਤਰ੍ਹਾਂ ਦੀ ਸੀਗੀ, ਸਿੱਖਿਆ ਪ੍ਰਾਪਤ ਕਰਨੀ। ਸੋ ਉਸ ਸਿੱਖਿਆ ਨੂੰ ਜਾਰੀ ਰੱਖਣ ਵਾਸਤੇ ਉਹਨਾਂ ਦੇ ਨਾਲ 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 ਮੈਂ ਕੰਮ ਕਰਦਾ ਰਿਹਾ। ਸਖਤ ਮੈਂ ਜਿਹੜੀ ਗਰਮੀ ਦੇ ਦਿਨਾਂ 'ਚ, ਸਰਦੀ ਦੇ ਦਿਨਾਂ 'ਚ ਪਿੰਡ ਤੋਂ ਸਾਈਕਲ 'ਤੇ 2 ਗੇੜੇ ਲਾਉਣੇ ਫਰੀਦਕੋਟ ਦੇ, ਸਬਜ਼ੀ ਵਗੈਰਾ ਲਿਆ ਕੇ ਦੇਣੀ ਉਹਨਾਂ ਨੂੰ, ਬਰਫ਼ ਲਿਆ ਕੇ ਦੇਣੀ, ਜਾਂ ਉਸ ਵੇਲੇ ਤੇ ਸੋਡੇ ਵਗੈਰਾ ਚੱਲਦੇ ਸੀ, ਆਹ ਜਿਹਨੂੰ ਆਪਾਂ ਲਾਲ ਬੱਤੇ ਕਹਿੰਦੇ, ਗੋਲੀ ਵਾਲੇ ਕਹਿੰਦੇ ਸੀ ਉੱਥੇ। ਸੋ ਉਹ 2 ਗੇੜੇ ਉਹ ਵੀ ਲਾਉਣੇ, ਨਾਲ ਆਪਣੀਆਂ ਪੜ੍ਹਾਈ ਵੀ ਕਰਨੀ। ਸੋ ਇਹ ਇਸ ਤਰ੍ਹਾਂ ਦੀ ਸਖਤ ਮਿਹਨਤ ਦੇ ਵਿੱਚੋਂ ਸਾਰਾ ਬਚਪਨ ਜਿਹੜਾ ਜੀ ਉਹ ਗੁਜ਼ਰਿਆ। ਔਰ ਉਹਦੇ ਵਿੱਚ ਜਿਹਨੂੰ ਆਪਾਂ ਬਚਪਨ ਦਾ ਆਨੰਦ ਕਹਿ ਦਿੰਦੇ ਹਾਂ ਉਹ ਨਹੀਂ ਹਾਸਲ ਹੋਇਆ ਸੀ, ਚਾਹੇ ਤੁਸੀਂ ਉਹ ਆਨੰਦ ਨਹੀਂ ਮਾਣ ਸਕੇ ਜੀ, ਲੇਕਿਨ ਉਸ ਮਿਹਨਤ ਦਾ ਫਲ ਲੇਖਕ ਜਾਂ ਚਿੰਤਕ ਜਾਂ ਜਿਹੜੇ ਸ਼ਖਸੀਅਤਾਂ ਕਿਹੜੀਆਂ ਕਿਹੜੀਆਂ ਹਨ ਜਿਹਨਾਂ ਕਰਕੇ ਤੁਸੀਂ ਪ੍ਰੇਰਿਤ ਹੋ ਕੇ ਇਸ ਪਾਸੇ? ਦੇਖੋ ਹਜ਼ੂਰ, ਮੈਂ ਬਚਪਨ ਦੇ ਵਿੱਚ ਜਦੋਂ ਘਰ ਦੇ ਵਿੱਚ ਵੱਡੇ ਭਾਈ ਸਾਹਿਬ ਮੈਥੋਂ ਕਾਫੀ ਵੱਡੇ ਨੇ, 18-20 ਸਾਲ ਵੱਡੇ ਨੇ, ਉਹਨਾਂ ਨੂੰ ਸ਼ੌਕ ਸੀਗਾ ਲਿਟਰੇਰੀ ਰਸਾਲੇ ਕਿਤਾਬਾਂ ਪੜ੍ਹਨ ਦਾ ਜੀ। ਉਹ ਉਹਨਾਂ ਨੂੰ ਨੌਕਰੀ ਮਿਲ ਗਈ 10ਵੀਂ ਤੋਂ ਬਾਅਦ ਜੀ, ਲੇਕਿਨ ਉਹ ਸਾਰੀ ਦੀ ਸਾਰੀ ਕਮਾਈ ਆਪਣੀ ਕਿਤਾਬਾਂ ਦੇ ਲਾ ਦਿੰਦੇ ਸੀਗੇ। ਅੱਛਾ। ਉਹ ਉਸ ਵੇਲੇ ਘਰ ਵਿੱਚ ਸੁਰਖ ਰੇਖਾ, ਪ੍ਰੀਤ ਲੜੀ, ਨਾਗਮਣੀ, ਆਰਸੀ,
ਛੁੱਟੀ ਜਿਹੜੇ ਪੰਜਾਬੀ ਰਸਾਲੇ ਸੁਣ ਰੇਖਾ ਮੈਨੂੰ ਅਜੇ ਤੱਕ ਯਾਦ ਹੈ ਜੀ ਰੂਸੀ ਲੋਕ ਕਹਾਣੀਆਂ ਸ਼ਿਵ ਕੁਮਾਰ ਦਾ ਸਾਰਾ ਸਾਹਿਤ ਨੰਦ ਲਾਲ ਨੂਰਪੁਰੀ ਦਾ ਸਾਹਿਤ ਭਗਤ ਸਿੰਘ ਦਾ ਸਾਹਿਤ ਇਹ ਮੇਰੇ ਉਸ ਵੇਲੇ ਅੱਖਾਂ ਦੇ ਸਾਹਮਣੇ ਮੈਨੂੰ ਦਿਸਦਾ ਰਿਹਾ ਤੇ ਇਹਨਾਂ ਚ ਜਦੋਂ ਮੈਨੂੰ ਵਕਤ ਲੱਗਦਾ ਸੀਗਾ ਇਹਨਾਂ ਨੂੰ ਮੈਂ ਪੜ੍ਹਦਾ ਸੀਗਾ ਜਾਂ ਕੁਝ ਅਖਬਾਰ ਚਾਹੇ ਰੱਦੀ ਚ ਪਏ ਹੋਣ ਉਹਨਾਂ ਨੂੰ ਪੜ੍ਹਨ ਦਾ ਸ਼ੌਕ ਸੀਗਾ ਸੋ ਉਹਨਾਂ ਦੇ ਵਿੱਚ ਮੈਨੂੰ ਸਭ ਤੋਂ ਵੱਧ ਮਹੱਤਵਪੂਰਨ ਜਿਹਨਾਂ ਨੇ ਪ੍ਰਭਾਵਿਤ ਕੀਤਾ ਸ਼ੁਰੂ ਦੇ ਦੌਰ ਵਿੱਚ ਉਹ ਇਹ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਇਹਨਾਂ ਦੀਆਂ ਤਸਵੀਰਾਂ ਲਿਆਂਦੀਆਂ ਸੀ ਘਰ ਦੇ ਵਿੱਚ ਪਈਆਂ ਸੀਗੀਆਂ ਭਾਈ ਸਾਹਿਬ ਨੇ ਲਿਆਂਦੀਆਂ ਸੀਗੀਆਂ ਸੋ ਇਹਨਾਂ ਨਾਲ ਮੈਂ ਗੱਲਾਂ ਕਰਦਾ ਹੁੰਦਾ ਸੀ ਵੀ ਇਹ ਬੰਦੇ ਕੀ ਨੇ ਏਡੇ ਵੱਡੇ ਇਹਨਾਂ ਚ ਕਿਹੜਾ ਜਜ਼ਬਾ ਸੀਗਾ ਜਿਹੜੇ ਇਹਨਾਂ ਲੋਕਾਂ ਨੇ ਆਪਣੇ ਆਪ ਨੂੰ ਪਿੱਛੇ ਰੱਖ ਕੇ ਏਡਾ ਵੱਡਾ ਤਿਆਗ ਕਰ ਦਿੱਤਾ ਆਪਣਾ ਆਪਣੇ ਆਪੇ ਆਪਣੇ ਨਿਸ਼ਾਵਰ ਕਰ ਦਿੱਤਾ ਸੋ ਉਹਨਾਂ ਨੂੰ ਦੇਖਣਾ ਉਹ ਬਹੁਤ ਵੱਡਾ ਪ੍ਰਭਾਵ ਸੀ ਔਰ ਦੇਸ਼ ਦੇ ਲਈ ਮਰ ਮਿਟਣ ਦਾ ਜਜ਼ਬਾ ਮੇਰੇ ਅੰਦਰ ਪੈਦਾ ਹੋਇਆ ਮੈਨੂੰ ਹਜੇ ਵੀ ਪਿੰਡ ਦੇ ਵਿੱਚ ਕਈ ਜਿਹੜੇ ਕਿਤੇ ਜਾਂਦਾ ਹੁਣ ਉਸ ਪਿੰਡ ਵਿੱਚ ਉਹ ਮੈਨੂੰ ਫੌਜੀ ਕਹਿੰਦੇ ਨੇ ਉਹ ਕਹਿੰਦੇ ਮੈਨੂੰ ਇਹ ਹੁੰਦਾ ਸੀ ਮੈਂ ਫੌਜ ਚ ਭਰਤੀ ਹੋ ਕੇ ਐ ਕਰਾਂਗੇ ਪਰ ਹੋਇਆ ਕੀ ਜੀ ਜਦੋਂ ਮੈਂ ਬੀਐਡ ਕੀਤੀ ਆ ਉਸ ਵੇਲੇ ਦੇ ਸਿੱਖਿਆ ਮੰਤਰੀ ਨੇ ਐਵੇਂ ਬੀਐਡ ਸੀ ਮੇਰੀ ਮੈਰਿਟ ਬੜੀ ਉੱਚੀ ਸੀਗੀ ਸਾਢੇ 3 ਲੱਖ ਰੁਪਇਆ ਮੰਗਿਆ ਮੇਰੇ ਤੋਂ ਲੈਕਚਰਾਰ ਲੱਗਣ ਦਾ ਔਰ ਫਿਰ ਹੋਰ 2-3 ਸਾਲ ਇਹਨਾਂ ਰਾਜਨੀਤਿਕਾਂ ਦਾ ਜਾਂ ਹੋਰਾਂ ਦਾ ਉਹਦੇ ਕਰਕੇ ਮੈਨੂੰ ਬਹੁਤ ਕਸ਼ਟ ਸਹਿਣਾ ਪਿਆ ਇਸ ਗੱਲ ਦਾ ਮੇਰੇ ਅੰਦਰ ਗਲਾਨੀ ਆਈ ਵੀ ਅਸੀਂ ਕਿਹੜੇ ਦੇਸ਼ ਚ ਰਹਿ ਰਹੇ ਹਾਂ ਵੀ ਸਾਡਾ ਖੂਨ ਪਸੀਨਾ ਕਿੱਥੇ ਆ ਔਰ ਇੱਥੇ ਨੌਕਰੀਆਂ ਦੇ ਉੱਤੇ ਕੌਣ ਬੈਠੇ ਨੇ ਮੰਦ ਬੁੱਧੀ ਵੀ ਜਿਹੜੇ ਬੰਦੇ ਮੈਨੂੰ ਪੁੱਛਦੇ ਰਹੇ ਨੇ ਕਿ ਇਸ ਪ੍ਰਸੰਗ ਸਾਹਿਬ ਦੀ ਆਖਿਆ ਕਿਵੇਂ ਕਰੀ ਗਈ ਕੰਮ ਚੱਲੀ ਠੀਕ ਹੈ ਜੀ ਉਸ ਵੇਲੇ ਫਿਰ ਮੇਰੇ ਅੰਦਰੋਂ ਕਵਿਤਾ ਆਈ ਸੀ ਜੀ ਇੱਕ ਮਿਹਨਤ ਬੋਝੇ ਪਾ ਕੇ ਜਦ ਪਹੁੰਚੇ ਮੰਡੀ ਸੁੱਤੇ ਉੱਠ ਦਲਾਲਾਂ ਨੇ ਆਪਸ ਵਿੱਚ ਵੰਡੀ ਸਾਡੇ ਝੰਡੇ ਉੱਚੇ ਹੋ ਗਏ ਅਸੀਂ ਨੀਵੇਂ ਹੀ ਰਹਿ ਗਏ ਸਾਡੇ ਰਾਜੇ ਚੱਕੀਆਂ ਚੱਟ ਕੇ ਵਿਹਲੇ ਹੋ ਗਏ ਸਾਡੇ ਮੂੰਹਾਂ ਦੇ ਵਿੱਚ ਰਹਿ ਗਏ ਬਸ ਦੇਹੇ ਨਾਰੇ ਆਇਆ ਜਦ ਕੋਈ ਸੁਪਨ ਸਾਜ ਉਹਦੇ ਹੱਕ ਚ ਮਾਰੇ ਫੁੱਟਪਾਥਾਂ ਤੇ ਡੁਸਕ ਰਹੀ ਹੈ ਦੇਸ਼ ਦੀ ਕਿਸਮਤ ਆਖੀ ਜਾਵੇ ਧਰਮ ਗੁਰੂ ਸਭ ਰੱਬ ਦੀ ਅਜ਼ਮਤ ਸੋ ਇਹ ਕੀ ਧਰਮ ਗੁਰੂ ਕੀ ਸਿਖਾ ਰਹੇ ਨੇ ਰਾਜਨੀਤਿਕ ਬੋਲ ਕੀ ਰਹੇ ਨੇ ਕਰ ਕੀ ਰਹੇ ਨੇ ਸੋ ਉਸ ਵੇਲੇ ਮੇਰੇ ਅੰਦਰ ਇਹ ਚੀਜ਼ਾਂ ਉਪਜੀਆਂ ਵੀ ਮੈਂ ਵੋਟ ਰਾਜ ਬਾਰੇ ਵੀ ਫਿਰ ਲਿਖਿਆ ਸੀਗਾ ਵੋਟ ਰਾਜ ਕੁੱਤੇ ਦੇ ਪੂਛ ਹਿਲਾਉਣ ਤੋਂ ਲੈ ਕੇ ਭੌਂਕਣ ਤੱਕ ਦਾ ਸਫ਼ਰ ਵੀ ਲੋਕਾਂ ਦੁਆਰਾ ਰਾਜ ਕਿੱਥੇ ਹੈ ਵੋਟ ਰਾਜ ਕੁੱਤੇ ਦੇ ਪੂਛ ਹਿਲਾਉਣ ਤੋਂ ਲੈ ਕੇ ਭੌਂਕਣ ਤੱਕ ਦਾ ਸਫ਼ਰ ਰਾਜ ਪਟਾ ਗਲ ਵਿੱਚ ਪਾ ਕੇ ਹਲਕਣਾ ਵੱਢਣਾ ਰਿਸ਼ਤੇ ਜ਼ਖਮਾਂ ਚੋਂ ਖੂਨ ਚੂਸਣਾ ਆਉਣ ਵਾਲੀਆਂ ਨਸਲਾਂ ਲਈ ਜਮ੍ਹਾਂ ਕਰਨਾ ਵੋਟ ਰਾਜ ਸੋ ਮੈਨੂੰ ਇੰਝ ਲੱਗਿਆ ਉਹ ਦ੍ਰਿਸ਼ਟੀ ਬਦਲਦੀ ਰਹਿੰਦੀ ਆਪਣੀ ਫਿਰ ਦ੍ਰਿਸ਼ਟੀ ਸੋ ਅੱਛਾ ਹੀ ਹੋਇਆ ਮੈਂ ਸੋਚਦਾ ਕਿ ਉਸ ਸਿੱਖਿਆ ਮੰਤਰੀ ਦਾ ਵੀ ਧੰਨਵਾਦ ਹੈ ਜਿਹਨੇ ਮੈਨੂੰ ਦੇਸ਼ ਤੋਂ ਬਾਹਰ ਤੱਕ ਦੁਨੀਆਂ ਪੱਧਰ ਤੇ ਸੋਚਣ ਦਾ ਮੌਕਾ ਦਿੱਤਾ ਜਿਹਨੇ ਮੇਰਾ ਵੀਜ਼ਾ ਵੱਡਾ ਬਣਾ ਦਿੱਤਾ ਸੋ ਉਸ ਵੇਲੇ ਤੁਸੀਂ ਚਿੰਤਕਾਂ ਦਾ ਪੁੱਛਿਆ ਉਹ ਉਸ ਵੇਲੇ ਰਸ਼ੀਅਨ ਜਿਹੜੇ ਚਿੰਤਕ ਸੀਗੇ ਜੀ ਰਸ਼ੀਅਨ ਲੇਖਕ ਖਾਸ ਤੌਰ ਤੇ ਗੋਰਕੀ ਟੋਲਸਟਾਏ ਜਾਂ ਕੁਝ ਫਰਾਂਸ ਦੇ ਉਹਨਾਂ ਦੇ ਅਨੁਵਾਦਕ ਸਾਹਿਤ ਵਿਕਟਰ ਹਿਊਗੋ ਖਲੀਲ ਜਬਰਾਨ ਇਹ ਮੈਨੂੰ ਬੜੇ ਚੰਗੇ ਲੱਗਦੇ ਸੀ ਤੇ ਜਿਹੜੇ ਭਗਤ ਆਪਣੇ ਸੂਫੀ ਸੀਗੇ ਸਾਈਂ ਬੁੱਲੇ ਸ਼ਾਹ ਬਾਬਾ ਫਰੀਦ ਸੁਲਤਾਨ ਬਾਹੂ ਕਬੀਰ ਸਾਹਿਬ ਭਗਤ ਰਾਮਦੇਵ ਜੀ ਇਹਨਾਂ ਨੂੰ ਮੈਂ ਬੜੀ ਰੀਝ ਨਾਲ ਪੜ੍ਹਦਾ ਰਿਹਾ ਹੈਗਾ ਸੋ ਇਹਨਾਂ ਨੇ ਇੱਕ ਇਸ ਤਰ੍ਹਾਂ ਦਾ ਮੇਰੇ ਅੱਗੇ ਆਲਮ ਸਿਰ ਦਿੱਤਾ ਵੀ ਜੇ ਬੰਦਾ ਹੋਵੇ ਤਾਂ ਇਹੋ ਜਿਹਾ ਹੋਵੇ ਲੋਭ ਲਾਲਸਾ ਤ੍ਰਿਸ਼ਨਾ ਲੋਕਾਂ ਨੂੰ ਦੁੱਖ ਦੇਣ ਦਾ ਬਿਰਤੀ ਉਹਨਾਂ ਦੇ ਵਿੱਚ ਬਣੀ ਰਹਿੰਦੀ ਹੈ ਤੁਹਾਡੀਆਂ ਜਿੰਨੀਆਂ ਵੀ ਕਵਿਤਾਵਾਂ ਹੈਗੀਆਂ ਕਵਿਤਾਵਾਂ ਦੇ ਵਿੱਚ ਚਲੋ ਸਾਹਿਤਿਕ ਹੋਰ ਵੀ ਬੜੇ ਲੋਕ ਲਿਖਦੇ ਜੀ ਤੁਸੀਂ ਕਿਸ ਕਿਸਮ ਦੀ ਲਿਖਤ ਨੂੰ ਸਾਹਿਤਕ ਕਿਸਮ ਮੰਨਦੇ ਸਾਹਿਤਕ ਲਿਖਤ ਮੈਂ ਉਹ ਸੋਚਦਾ ਜੀ ਜਿਹੜੀ ਬੰਦੇ ਨੂੰ ਚੇਤਨ ਕਰੇ ਬੰਦੇ ਨੂੰ ਜਾਗਰੂਕ ਕਰੇ ਪਹਿਲਾਂ ਤਾਂ ਉਹਦੀ ਨੀਂਦ ਤੋੜੇ ਜਿਹੜੀ ਉਹਦੀ ਬੇਹੋਸ਼ੀ ਤੋੜੇ ਉਹ ਚਾਹੇ ਬੇਹੋਸ਼ ਸਮਾਜਿਕ ਤੌਰ ਤੇ ਹੈ ਚਾਹੇ ਆਪਣੇ ਅੰਦਰੂਨੀ ਲੋਭ ਲਾਲਸਾ ਕਰਕੇ ਹੈ ਉਹਨੂੰ ਪਤਾ ਲੱਗੇ ਕਿ ਉਹਦੀ ਹਸਤੀ ਕੀ ਹੈ ਉਹਦਾ ਅਸਤਿਤਵ ਕੀ ਹੈ ਉਹ ਕਿਹੜੇ ਸਮਾਜ 'ਚ ਰਹਿ ਰਿਹਾ ਉਹ ਕਿਸ ਪਰਿਸਥਿਤੀ ਵਿੱਚ ਰਹਿ ਰਿਹਾ ਜਿਸ ਦੌਰ 'ਚ ਰਹਿ ਰਿਹਾ ਉਸ ਦੌਰ ਦੀ ਵਿਧੀ ਕੀ ਹੈ ਰਹਿਣ ਉਹਦੀ ਜੀਵਨ ਵਿਧੀ ਕੀ ਹੈ ਔਰ ਉਹਦੇ ਉੱਤੇ ਪ੍ਰਭਾਵ ਕਿਹੜੀਆਂ ਪਰਿਸਥਿਤੀਆਂ ਪਾ ਰਹੀਆਂ ਨੇ ਜਿਹੜੀਆਂ ਇਹਨਾਂ ਗੱਲਾਂ ਵੱਲੋਂ ਸਾਨੂੰ ਚੇਤਨ ਕਰਦੀ ਹੈ ਲਿਖਤ ਉਹ ਸਾਹਿਤ ਹੈ ਔਰ ਉਸ ਚੇਤਨ ਤੋਂ ਬਾਅਦ ਤੁਹਾਨੂੰ ਉੱਪਰ ਕਿਵੇਂ ਉਠਾਉਂਦੀ ਹੈ ਨੀਚੇ ਨਾ ਲੈ ਕੇ ਜਾਓ ਉਸ ਤੋਂ
ਮਤਲਬ ਜਿਹੜੀ ਪ੍ਰਸਥਿਤੀ ਚੋਂ ਜਿਉਂ ਰਿਹਾ ਉਹਦੇ ਚੋਂ ਬਾਹਰ ਕਿਵੇਂ ਨਿਕਲਣਾ, ਉਚੇਰੀ ਦਿਸ਼ਾ ਵੱਲ ਕਿਵੇਂ ਲੱਗਣਾ, ਆਪਣੀ ਚੇਤਨਾ ਨੂੰ ਨਿਰੰਤਰ ਵਿਕਾਸ ਵੱਲ ਕਿਵੇਂ ਲੱਗਣਾ। ਜੇ ਤਾਂ ਸਾਹਿਤ ਲਿਖਤ ਇਹ ਕੰਮ ਕਰਦੀ ਹੈ ਜੀ, ਉਹ ਸਾਹਿਤ ਲਿਖਤ ਨੂੰ ਆਪਾਂ ਕਹਾਂਗੇ ਸਾਹਿਤ ਲਿਖਤ ਹੈ, ਨਹੀਂ ਤਾਂ ਉਹ ਨਕਾਰਨਯੋਗ ਹੈ। ਚਾਹੇ ਉਹ ਕਿਸੇ ਵੱਡੇ ਲੇਖ ਦੀ ਲਿਖੀ ਹੋਵੇ, ਚਾਹੇ ਕੋਈ ਵੱਡਾ ਨਾਵਲ ਕਹਾਣੀਕਾਰ ਕੁਛ ਵੀ ਹੋਵੇ, ਕਿਸੇ ਦੀ ਵੀ ਹੋਵੇ। ਸੋ ਆ ਜਿਹੜੇ ਲੋਕਾਂ ਨੂੰ ਜਾਗਰੂਕ ਨਹੀਂ ਕਰਦੇ, ਉਹਨਾਂ ਦੀ ਚੇਤਨਤਾ ਨੂੰ ਟੁੱਬਦੇ ਨਹੀਂ, ਉਹ ਮੋਹੀ ਸਾਹਿਤ ਕਰਨੇ ਉਹ ਸਾਹਿਤ ਕਰਦੇ ਜੋ ਐਸਾ ਜਿਹੜੀ ਆਪਣੇ ਕੈਨੇਡਾ ਦੀ ਬੜੀ ਤਕੜੀ ਸੰਸਥਾ ਹੈਗੀ ਹੈ ਪੰਜਾਬੀ ਕਮਿਊਨਿਟੀ ਹੈਲਥ ਸਰਵਿਸ ਜੀ, ਇਹਦੇ ਵਿੱਚ ਤੁਸੀਂ ਕਾਫੀ ਚੰਗੇ ਤੋਂ ਜੁੜੇ ਹੋ ਜੀ, ਇਸ ਸੰਸਥਾ ਦਾ ਪ੍ਰਯੋਜਨ ਕੀ ਹੈ, ਅਸਲ ਪ੍ਰਯੋਜਨ ਕੀ ਹੈ, ਤੁਸੀਂ ਕੀ ਸਮਝਿਆ ਹੈ ਕਿ ਪ੍ਰਯੋਜਨ? ਤੁਹਾਡੀ ਮੁਰਾਦ ਪੰਜਾਬੀ ਕਮਿਊਨਿਟੀ ਹੈਲਥ ਸਰਵਿਸ? ਹਾਂ ਜੀ ਜੀ, ਪੰਜਾਬੀ ਕਮਿਊਨਿਟੀ ਹੈਲਥ ਸਰਵਿਸ ਇਹ ਪਹਿਲਾਂ ਹੀ ਸੇਵਾ ਪੰਜਾਬ ਜੀ ਦੇ ਨਾਮ ਥੱਲੇ ਕੰਮ ਕਰਦੀ ਰਹੀ ਸੰਸਥਾ ਇਹ ਜੀ। ਮੈਂ ਪਹਿਲੀ ਦਫਾ 2011 ਦੇ ਵਿੱਚ ਜੀ ਇਸ ਸੰਸਥਾ ਦੇ ਸੈਮੀਨਾਰ ਵਿੱਚ ਆਇਆ ਸੀ ਜੀ, ਤੇ ਇਹਨਾਂ ਦਾ ਕੰਮ ਦੇਖਿਆ ਉਸ ਵੇਲੇ, ਪਰ ਇਹਨਾਂ ਦੇ ਉਦੇਸ਼ ਦੇਖੇ ਜੀ, ਤਾਂ ਫਿਰ ਇਹਨਾਂ ਦੇ ਹੋ ਕੇ ਰਹਿ ਗਏ। ਮੈਨੂੰ ਲੱਗਿਆ ਕਿ ਇਹ ਮੰਚ ਇੰਨਾ ਕੁ ਅੱਛਾ ਹੈ, ਇਹ ਜਿਹੜੀ ਕਮਿਊਨਿਟੀ ਇੰਨੀ ਕੁ ਅੱਛੀ ਆ, ਔਰ ਇਹਦੇ ਵਿੱਚ ਜਿਹੜੇ ਪ੍ਰਬੰਧਕ ਨੇ ਸਾਡੇ ਸੀਈਓ ਨੇ ਬਲਦੇਵ ਸਿੰਘ ਮੁੰਡਾ ਜੀ ਤੇ ਨਿਰਲੇਪ ਗਿੱਲ, ਇਹਦੇ ਲਈ ਬਹੁਤ ਵੱਡਾ ਇੱਕ ਜਿਹਨੂੰ ਮੈਂ ਕਹਾਂਗੇ ਸ਼ਾਹ ਸਵਾਰ ਹੈ ਇਸ ਸੰਸਥਾ ਦਾ, ਵੀ ਜਿਹੜਾ ਜਿਹੜਾ ਰੱਥ ਚਲਾਉਣ ਰੱਥਵਾਰ ਹੁੰਦੇ ਨੇ ਵੀ ਕਿੱਧਰ ਲੈ ਕੇ ਜਾਣਾ, ਕਿਵੇਂ ਲੈ ਕੇ ਜਾਣਾ, ਲਗਾਤਾਰ ਬਿਨਾਂ ਬਿਨਾਂ ਥਕਾਵਟ ਤੋਂ ਅਣਥੱਕ ਉਹ ਯੋਧਾ ਹੈਗਾ। ਸੋ ਇਹਨਾਂ ਦੋਹਾਂ ਹਸਤੀਆਂ ਨੂੰ ਮੈਂ ਸਲਾਮ ਕਰਦਾ, ਜਗਰੂਪ ਜੀ ਸੀ ਸਾਡੇ, ਭੁਪਿੰਦਰ ਜੀ ਸੀ, ਇਹ ਚਾਰ ਬੰਦੇ ਮੈਨੂੰ ਲਗਾਤਾਰ ਮਿਲਦੇ ਰਹੇ ਨੇ ਔਰ ਯੋਜਨਾਵਾਂ ਬਣਾਉਂਦੇ ਰਹੇ ਕਿ ਅੱਗੇ ਅਸੀਂ ਕੀ ਕਰਨਾ, ਕਿਵੇਂ ਕਰਨਾ। ਪੰਜਾਬ ਜੀ ਪੰਜਾਬ ਦੇ ਬੁੱਧੀਜੀਵੀ ਇਕੱਠੇ ਕੀਤੀ, ਜਿਵੇਂ ਗੁਰਗੋਣੀ ਸਾਹਿਬ ਹੈ, ਗੁਰੂ ਸਾਹਿਬ ਨੇ, ਇਹਨਾਂ ਸਾਰਿਆਂ ਨੂੰ ਅਸੀਂ ਬੁਲਾਉਂਦੇ ਰਹੇ। ਪ੍ਰਯੋਜਨ ਬਾਰੇ ਜਦੋਂ ਅਸੀਂ ਚਿੰਤਨ ਕਰਦੇ ਸੀ ਤਾਂ ਉਸ ਵੇਲੇ ਮੁੱਖ ਮੁੱਦਾ ਹੁੰਦਾ ਸੀ ਕਿ ਪੰਜਾਬ ਦੀ ਧਰਤੀ ਦੀ ਸੇਵਾ ਕਿਵੇਂ ਕੀਤੀ ਜਾਵੇ, ਪੰਜਾਬ ਦੀ ਧਰਤੀ ਤੇ ਪੰਜਾਬੀਆਂ ਦੀ, ਕਿਵੇਂ ਇਸ ਨੂੰ ਵੱਧ ਤੋਂ ਵੱਧ ਖੁਸ਼ਹਾਲ ਬਣਾਇਆ ਜਾ ਸਕੇ, ਕਿਵੇਂ ਇਸ ਨੂੰ ਵੱਧ ਤੋਂ ਵੱਧ ਫਲਦਾਇਕ ਬਣਾਇਆ ਜਾ ਸਕੇ, ਇੱਥੋਂ ਦੀ ਸਿੱਖਿਆ ਨੂੰ, ਇੱਥੋਂ ਦੀ ਸਿਹਤ ਪ੍ਰਣਾਲੀ ਨੂੰ, ਇੱਥੋਂ ਦੇ ਇੱਥੋਂ ਦੀਆਂ ਹੋਰ ਸੇਵਾਵਾਂ ਜਿਹੜੀਆਂ ਹੋ ਰਹੀਆਂ ਨੇ ਉਹਨਾਂ ਨੂੰ ਕਿਵੇਂ ਵੱਧ ਤੋਂ ਵੱਧ ਲੋਕਾਂ ਤੱਕ ਫਲਦਾਇਕ ਬਣਾਇਆ ਜਾਵੇ। ਸੋ ਇਸੇ ਲਈ ਇਸ ਸੰਸਥਾ ਦੇ ਵਿੱਚ ਪੰਜ ਕੰਪੋਨੈਂਟ ਨੇ, ਦਿਸ਼ਾਵਾਂ ਨੇ ਇਹਦੀਆਂ, ਠੀਕ ਹੈ, ਇਸ ਕੰਮ ਦੀਆਂ। ਪਹਿਲੀ ਦਿਸ਼ਾ ਜਿਹੜੀ ਹੈਗੀ ਉਹ ਸਿਹਤ ਸੰਬੰਧੀ ਹੈਗੀ ਜੀ, ਹੈਲਥ ਦੇ ਮਸਲੇ ਦੇ ਵਿੱਚ ਇੱਕ ਖੇਤਰ ਵੰਡਿਆ ਗਿਆ ਹੈਗਾ ਜਿਹਦੇ ਵਿੱਚ ਮਾਨਸਿਕ ਸਰੀਰਕ ਸਿਹਤ ਸੰਬੰਧੀ ਵੱਧ ਤੋਂ ਵੱਧ ਖੁਸ਼ਹਾਲ ਬਣਾਉਣ ਵਾਸਤੇ ਉਪਰਾਲੇ ਕੀਤੇ ਜਾਂਦੇ ਨੇ ਜੀ। ਦੂਸਰਾ ਕੰਪੋਨੈਂਟ ਹੈਗਾ ਸਮਾਜਿਕ ਸੱਭਿਆਚਾਰਕ ਜੀ, ਜਿਹੜੀ ਦੂਸਰੀ ਸ਼ਾਖਾ, ਇਹਦੇ ਵਿੱਚ ਜਿਹੜਾ ਅੱਛੀਆਂ ਕਦਰਾਂ ਕੀਮਤਾਂ ਦਾ ਸੰਚਾਰ ਕਿਵੇਂ ਹੋਵੇ ਸਮਾਜ ਦੇ ਵਿੱਚ, ਵੈਲਿਊਸ ਕਿਵੇਂ ਹੋਣ, ਜਿਹੜੇ ਪੰਜਾਬੀ ਲੋਕ ਨੇ ਉਹ ਆਪਣੀਆਂ ਉਹਨਾਂ ਨੀਤੀਆਂ ਤੋਂ ਕੋਰੇ ਕਿਉਂ ਹੋ ਗਏ ਜੀ, ਉਹਨਾਂ ਨੇ ਉਹ ਬੇਗਾਨੀਆਂ ਉਹ ਦੁੱਖਦਾਇਕ ਨੀਤੀਆਂ ਕਿਉਂ ਅਪਣਾ ਲਈਆਂ ਜਿਹੜੀਆਂ ਉਹਦੇ ਓਰੀਜਨਲ ਨੀਤੀਆਂ ਸੀ। ਅਸਲ ਵਿੱਚ ਸੱਭਿਆਚਾਰ ਕੀ ਹੈ, ਅਸਲ ਨੀਤੀ ਕੀ ਹੈ, ਅਸੀਂ ਹੁਣ ਤੱਕ ਸੋਚਦੇ ਨਾ ਜੋ ਗੀਤਾਂ ਜਗਾਇਆ ਜਾ ਰਿਹਾ ਜਗੇ ਤਾਂ ਭੰਗੜਾ ਪਾ ਲਿਆ, ਸਿਰਫ ਅਸੀਂ ਸੱਭਿਆਚਾਰ ਦਾ ਵਰਣਨ ਕਰ ਲਿਆ, ਇਹ ਨਹੀਂ ਹੁੰਦਾ ਗਾ, ਸੱਭਿਆਚਾਰ ਦੀ ਜੜ ਕਿੱਥੇ ਹੈਗੀ ਹੈ। ਸੋ ਇਸ ਕਰਕੇ ਉਸ ਮੂਲ ਜੜ ਨਾਲ ਜੁੜ ਕੇ ਔਰ ਹੁਣ ਦੀਆਂ ਪਰਿਸਥਿਤੀਆਂ ਸੱਭਿਆਚਾਰ ਤੋਂ ਕੀ ਚਾਹ ਰਹੀਆਂ ਨੇ, ਇਹਦੇ ਨਵੇਂ ਨਵੇਂ ਢੰਗਾਂ ਦੇ ਨਾਲ ਇਹਨੂੰ ਪ੍ਰਵਾਹਿਤ ਕਰਨਾ ਬੱਚਿਆਂ ਦੇ ਵਿੱਚ ਜੀ, ਵੱਧ ਤੋਂ ਵੱਧ ਕਮਿਊਨਿਟੀ ਚ, ਪੰਜਾਬੀ ਕਮਿਊਨਿਟੀ ਚ, ਇਹਦਾ ਦੂਸਰਾ ਕੰਪੋਨੈਂਟ ਜਿਹੜਾ ਕੰਪੋਨੈਂਟ ਹੈ ਜੀ। ਤੀਸਰਾ ਧਰਮ ਦਾ ਕੰਪੋਨੈਂਟ ਹੈ, ਔਰ ਧਰਮ ਨੂੰ ਵੀ ਸੱਭਿਆਚਾਰ ਨਾਲ ਜੋੜਿਆ ਗਿਆ ਜੀ। ਇਸ ਲਈ ਡਾਕਟਰ ਚਮਕੌਰ ਸਿੰਘ ਨੇ ਪਟਿਆਲੇ ਤੋਂ ਬੜੇ ਹੀ ਤਰਕਬੱਧ ਵਿਦਵਾਨ ਨੇ ਧਰਮ ਦੇ, ਅੱਜ ਕੱਲ੍ਹ ਉਹ ਗੁਰਬਾਣੀ ਦੀ ਵਿਆਖਿਆ ਕਰ ਰਹੇ ਨੇ ਕਿ ਗੁਰਬਾਣੀ ਦਾ ਵਿਹਾਰਕ ਜੀਵਨ ਦੇ ਵਿੱਚ ਕੀ ਯੋਗਦਾਨ ਹੋ ਸਕਦਾ। ਸੋ ਉਹਨਾਂ ਨੇ ਉਹਨਾਂ ਨੂੰ ਇਹ ਕੰਮ ਸੌਂਪਿਆ ਗਿਆ ਸੀ, ਪਰ ਹੁਣ ਵੀ ਉਹ ਕਰ ਰਹੇ ਨੇ, ਨਿਰੰਤਰ ਯਤਨ ਕਰ ਰਹੇ ਨੇ। ਸੋ ਧਰਮ ਦੇ ਨਾਲ ਸੰਬੰਧਿਤ ਔਰ ਸੱਭਿਆਚਾਰ ਤੇ ਧਰਮ ਨੂੰ ਇਕੱਠਾ ਕਰਕੇ ਤਾਂ ਕਿ ਪੰਜਾਬੀਆਂ ਦੇ ਜੀਵਨ ਵਿੱਚ ਧਰਮ ਇੰਜ ਫੈਲੇ ਜਿਵੇਂ ਅਸੀਂ ਰੋਜ਼ਾਨਾ ਸਵਾਸ ਲੈਂਦੇ ਹਾਂ, ਜੇ ਰੋਟੀ ਖਾਂਦੇ ਹਾਂ, ਇਹ ਸਾਡਾ ਧਰਮ ਇੱਕ ਜ਼ਰੀਆ ਬਣੇ ਸਾਡੇ ਜਿਉਣ ਦਾ ਜੀ। ਜਿਹੜਾ ਚੌਥਾ ਹੈ ਜੀ ਉਹ ਹੈ ਐਜੂਕੇਸ਼ਨ ਟ੍ਰੇਨਿੰਗ ਤੇ ਮੋਨੀਟਰਿੰਗ ਜੀ। ਉਹਦੇ ਵਿੱਚ ਹੈ ਜੀ ਸਿੱਖਿਆ ਨੂੰ ਤੇ ਜਿਹੜੀ ਉਹਦੀ ਸਿੱਖਿਆ
ਨੂੰ ਸਿਖਲਾਈ ਜਿਹੜੇ ਸਿੱਖਿਅਕ ਲੋਕ ਨੇ ਜਿਹੜੇ ਟੀਚਰ ਲੋਕ ਨੇ ਉਹਨਾਂ ਨੂੰ ਸਿਖਲਾਈ ਕਿਵੇਂ ਦੇਣੀ ਆ ਤਾਂ ਕਿ ਇੱਕ ਅਧਿਆਪਕ ਜਿਹੜਾ ਮੰਨ ਲਓ ਛੋਟੀ ਤੇ ਛੋਟੀ ਜੋਬ ਵੀ ਚਾਹੇ ਕਰੇ ਲੋ ਪ੍ਰਾਈਵੇਟ ਜਾਂ ਕੁਛ ਵੀ ਕਰੇ ਉਹ ਘੱਟੋ ਘੱਟ 400 ਬੱਚੇ ਉੱਪਰ ਪ੍ਰਭਾਵ ਪਾਉਂਦਾ ਹੈ 4000 ਇੱਕ ਸਾਲ ਦੇ ਵਿੱਚ ਜੇ 200 ਬੱਚੇ ਨਾਲ ਵੀ ਉਹਦਾ ਰਾਬਤਾ ਹੁੰਦਾ ਹੈ ਔਰ ਉਹਦੀ 20 ਸਾਲ ਵੀ ਉਹਨੇ ਜੋਬ ਕੀਤੀ ਘੱਟੋ ਘੱਟ 4000 ਬੱਚੇ ਨਾਲ ਉਹਦਾ ਰਾਬਤਾ ਪਵੇਗਾ ਔਰ ਜੇ ਉਹ ਬੰਦਾ ਸਿਖਲਾਈ ਪ੍ਰਾਪਤ ਹੈ ਉਹਨੂੰ ਉਹਦੇ ਕੋਲ ਧਰਮ ਵੀ ਹੈ ਜਿਹੜਾ ਪ੍ਰੋਵਾਈਡ ਕਰਾਉਣਾ ਹੈਗਾ ਉਹਦੇ ਕੋਲ ਸੱਭਿਆਚਾਰ ਵੀ ਹੈ ਉਹਦੇ ਕੋਲ ਕਲਚਰ ਦੀ ਵੈਲਿਊਜ਼ ਵੀ ਹੈਗੀਆਂ ਨੇ ਉਹਨੂੰ ਸਿਹਤ ਸੰਬੰਧੀ ਉਹਦੇ ਕੋਲ ਟਿਪਸ ਵੀ ਹੈਗੇ ਨੇ ਤਾਂ ਉਹ ਅਧਿਆਪਕ ਜਿਹੜਾ ਬਹੁਤ ਜ਼ਿਆਦਾ ਫਲਦਾਇਕ ਹੋ ਸਕਦਾ ਸਾਡੀ ਪੂਰੀ ਦੀ ਪੂਰੀ ਕਮਿਊਨਿਟੀ ਵਾਸਤੇ ਤੁਹਾਡਾ ਮਤਲਬ ਕਹਿਣਾ ਜਿਹੜਾ ਅਧਿਆਪਕ ਵੀ ਇਸ ਕੰਪੋਨੈਂਟ ਦੇ ਦੇਣੇ ਆ ਵੀ ਸਭ ਤੋਂ ਜ਼ਿਆਦਾ ਮੇਨ ਲੋੜ ਅਧਿਆਪਕ ਨੂੰ ਸੱਭਿਆਚਾਰਕ ਧਾਰਮਿਕ ਜਾਂ ਪੰਜਾਬੀ ਦੇ ਨਾਲ ਜੋੜਦੀ ਹੈ ਤਾਂ ਜੋ ਜਿਹੜੇ ਆਪਦੇ ਬੱਚਿਆਂ ਨੂੰ ਉਹਦਾ ਉਹਨੂੰ ਸੰਚਾਰ ਸਹਿਜੇ ਕਰਦਾ ਸਹਿਜੇ ਹਰ ਪੀਰੀਅਡ ਦੇ ਵਿੱਚ ਹਰ ਗੱਲਬਾਤ ਕਰਨ ਦੇ ਵਿੱਚ ਇਸ ਕਰਕੇ ਇਹ ਇੱਕ ਕੰਪੋਨੈਂਟ ਹੈ ਜੀ ਐਜੂਕੇਸ਼ਨ ਦੀ ਟ੍ਰੇਨਿੰਗ ਨਾਲ ਸੰਬੰਧਿਤ ਹੈ ਤੇ ਇੱਕ ਕੰਪੋਨੈਂਟ ਹੈ ਜੀ ਬੁੱਕ ਪਬਲਿਸ਼ ਕਰਨੀ ਜੀ ਪਬਲੀਕੇਸ਼ਨ ਦਾ ਕੰਮ ਹੈਗਾ ਬਈ ਕੋਈ ਜਿਹੜੇ ਵਿਸ਼ੇਸ਼ ਜਿਹੜੀਆਂ ਮਗਦੀਆਂ ਜਿਹੜੀਆਂ ਭੱਖਦੀਆਂ ਹੋਈਆਂ ਸਮੱਸਿਆਵਾਂ ਨੇ ਉਹਨਾਂ ਨੂੰ ਲੈ ਕੇ ਔਰ ਉਹਨਾਂ ਸਮੱਸਿਆਵਾਂ ਦੇ ਅਲੱਗ ਅਲੱਗ ਸ਼ਾਖਾਵਾਂ ਦੇ ਉੱਪਰ ਜਿਹੜੇ ਬੁੱਧੀਜੀਵੀ ਨੇ ਪੰਜਾਬ ਦੇ ਜਾਂ ਬਾਹਰ ਦੇ ਕਿਤੇ ਵੀ ਵਸੇ ਹੋਏ ਨੇ ਉਹਨਾਂ ਨੂੰ ਬੇਨਤੀ ਕਰਨੀ ਤੇ ਤੁਸੀਂ ਇਹਨਾਂ ਬਾਰੇ ਸਾਨੂੰ ਆਪਣੇ ਵਿਚਾਰ ਦਿਓ ਤਾਂ ਜੋ ਉਹਨਾਂ ਨੂੰ ਇੱਕ ਲੜੀ ਚ ਪਰੋ ਕੇ ਉਹਦਾ ਨਿਚੋੜ ਕੱਢ ਕੇ ਉਹਦਾ ਇਧਰ ਬਣਾ ਕੇ ਤੇ ਉਹਦੀ ਪੂਰੀ ਦੀ ਪੂਰੀ ਮਹਿਕ ਜਿਹੜੀ ਹੈਗੀ ਸਾਰੇ ਲੋਕਾਂ ਤੱਕ ਪਹੁੰਚਾਈ ਜਾਵੇ ਔਰ ਇਹ ਸਾਰੇ ਦਾ ਸਾਰਾ ਖਰਚਾ ਚਾਹੇ ਕਿਤਾਬ ਤੇ ਹੈ ਚਾਹੇ ਬੁੱਧੀਜੀਵੀ ਨੇ ਕਿਸੇ ਨੇ ਆਰਟੀਕਲ ਲਿਖਣਾ ਉਹਨੂੰ ਉਹਦੀ ਮਿਹਨਤਾਨਾ ਉਚਿਤ ਮਿਹਨਤਾਨਾ ਦੇ ਕੇ ਜਿਹੜਾ ਕਿ ਸ਼ਾਨਦਾਰ ਮਿਹਨਤਾਨਾ ਦੇ ਕੇ ਕਰਾ ਰਹੀ ਹੈ ਪੰਜਾਬੀ ਕਮਿਊਨਿਟੀ ਹੈਲਥ ਸਰਵਿਸ ਇਹ ਚਾਹੁੰਦੀ ਹੈ ਕਿ ਜਿਹੜੇ ਵਿਦਿਆਰਥੀ ਨੇ ਚਾਹੇ ਕੋਈ ਬੁੱਧੀਜੀਵੀ ਹੈ ਜ਼ਰੂਰੀ ਨਹੀਂ ਗਾ ਕਿ ਯੂਨੀਵਰਸਿਟੀ ਚ ਬੈਠਾ ਹੋਵੇ ਕਿਤੇ ਵੀ ਕਿਸੇ ਪਿੰਡ ਚ ਵੀ ਬੈਠਾ ਹੋਵੇ ਚਾਹੇ ਕਿਤੇ ਸਧਾਰਨ ਕਿਤੇ ਵੱਲ ਨਾਲ ਹੋਵੇ ਲੇਕਿਨ ਉਹਦਾ ਵਿਊ ਕੀ ਹੈਗਾ ਅੱਛੀ ਤਰ੍ਹਾਂ ਰੀਜ਼ਨ ਕੀ ਆ ਉਹਦੇ ਤੋਂ ਲੈ ਕੇ ਉਹਨੂੰ ਉਚਿਤ ਮਿਹਨਤਾਨਾ ਦੇ ਕੇ ਇਹ ਗਿਆਨ ਜਿਹੜਾ ਉਹਦੇ ਅੰਦਰੋਂ ਲਿਆ ਜਾ ਰਿਹਾ ਉਹਨੂੰ ਵੱਧ ਤੋਂ ਵੱਧ ਖਿਲਾਉਣ ਦਾ ਇੱਕ ਮੰਚ ਤਿਆਰ ਕੀਤਾ ਜਾ ਰਿਹਾ ਤਾਂ ਜੋ ਜਿਵੇਂ ਪਿਛਲੀ ਵਾਰ ਜੀਵਨ ਮਹਾਰਤਾਂ ਛਾਪੀ ਹੈ ਜੀ ਅਲੱਗ ਅਲੱਗ ਵਿਦਵਾਨਾਂ ਤੋਂ ਵੀ ਜੀਵਨ ਦੀਆਂ ਮਹਾਰਤਾਂ ਕਿਹੜੀਆਂ ਕਿਹੜੀਆਂ ਹੋ ਸਕਦੀਆਂ ਉਦੇਸ਼ਾਂ ਨੂੰ ਪੂਰਾ ਕਰਨ ਵਾਸਤੇ ਹਰ ਸਾਲ 3 ਰੋਜ਼ਾ ਕਾਨਫਰੰਸ ਹੁੰਦੀ ਮਾਤ ਭਾਸ਼ਾ ਦੀ ਮਹੱਤਤਾ ਦੱਸਣ ਬਾਰੇ ਆਇਆ ਸੀ ਜੀਵਨ ਦੇ ਵਿੱਚ ਕੀ ਹੋ ਸਕਦੀ ਹੈ ਸੋ ਇਸ ਤਰ੍ਹਾਂ ਦੇ ਤਾਂ ਅਸੀਂ ਹਰ ਮਹੀਨੇ ਜਾਂ 15 ਦਿਨ ਬਾਅਦ ਹੀ ਕੁੱਝ ਨਾ ਕੁੱਝ ਇਸ ਸ਼ਹਿਰ ਦੇ ਵਿੱਚ ਜਾਂ ਆਸੇ ਪਾਸੇ ਕਰਦੇ ਰਹਿੰਦੇ ਕੱਲੇ ਵਾਲ ਲਗਾਤਾਰ ਚੱਲ ਰਹੇ ਨੇ ਲੇਕਿਨ ਜਿਹੜੇ ਵੱਡਾ ਸੈਮੀਨਾਰ ਹੈ 3 ਦਿਨ ਉਹਦੇ ਵਿੱਚ ਜਿਹੜੇ ਤੁਸੀਂ ਗੱਲ ਕੀਤੀ ਹੈ ਚਾਹੇ ਉਹ ਨਸ਼ਿਆਂ ਦੀ ਹੈ ਚਾਹੇ ਉਹ ਖੁਦਕੁਸ਼ੀਆਂ ਦਾ ਰੁਝਾਨ ਹੈ ਚਾਹੇ ਉਹ ਮਾਨਸਿਕ ਬੋਝ ਹੈ ਵਿਅਕਤੀ ਦੇ ਉੱਪਰ ਚਾਹੇ ਉਹ ਉਹਦੀਆਂ ਕੋਈ ਹੋਰ ਸਮੱਸਿਆਵਾਂ ਨੇ ਵੀ ਉਹਨੂੰ ਕੋਈ ਗਾਈਡਲਾਈਨ ਚਾਹੀਦੀਆਂ ਜਿਹਦੇ ਅਟਕਿਆ ਪਿਆ ਕਿਤੇ ਤਾਂ ਉਹ ਸਿੱਧੇ ਤੌਰ ਤੇ ਮੁੰਡਾ ਸਾਹਿਬ ਨਾਲ ਰਾਬਤਾ ਕਾਇਮ ਕਰਦਾ ਕਿ ਆਹ ਮੇਰੇ ਮਨ ਦੇ ਵਿੱਚ ਉਲਝਣਾ ਨੇ ਉਹਨੂੰ ਗਾਈਡ ਕਰਾਉਂਸਲਿੰਗ ਕੀਤੀ ਜਾਂਦੀ ਹੈ ਬਕਾਇਦਾ ਇੱਕ ਬੱਚੇ ਉੱਪਰ ਘੰਟਾ ਘੰਟਾ ਕਾਉਂਸਲਿੰਗ ਕੀਤੀ ਜਾਂਦੀ ਹੈ ਔਰ 3 ਦਿਨ ਲਗਾਤਾਰ ਬੁਲਾ ਕੇ ਸਾਡੇ ਕੋਲ ਕਈ ਬੱਚੇ ਇਹੋ ਜਿਹੇ ਆਏ ਜੀ 3 ਦਿਨਾਂ ਦੇ ਵਿੱਚ ਹੀ ਇੰਨੇ ਕੁ ਬਦਲ ਗਏ ਇੰਨੇ ਕੁ ਰੂਪਾਂਤਰਿਤ ਹੋ ਗਏ ਤਾਂ ਉਹ ਬੱਚੇ 3 ਦਿਨ ਜਿਹੜੇ ਬਿਲਕੁਲ ਸਿਰ ਸੁੱਟੀ ਬੈਠੇ ਸੀ 3 ਦਿਨ ਉਹ ਸਟੇਜ ਤੇ ਉਹਨਾਂ ਨੂੰ ਦੇਖ ਕੇ ਇੰਨੀ ਖੁਸ਼ੀ ਹੋਈ ਸਾਨੂੰ ਸਟੇਜ ਤੇ ਉਹ ਆਪਣੇ ਆਪ ਨੂੰ ਇੱਕ ਨਮੂਨਾ ਬਣਾ ਕੇ ਪੇਸ਼ ਕਰਦੇ ਸੀਗੇ ਬੱਚਿਆਂ ਸਾਹਮਣੇ ਕਿ ਮੈਂ ਬਦਲ ਸਕਦਾ ਹੈ 3 ਦਿਨਾਂ ਚ ਤੁਸੀਂ ਕਿਉਂ ਨਹੀਂ ਸੋ ਇਹ ਵਿਹਾਰਕ ਤੌਰ ਤੇ ਹੈ ਜੀ ਇਹਦਾ ਇਸ ਕਮਿਊਨਿਟੀ ਦਾ ਇੱਕ ਬਹੁਤ ਵੱਡਾ ਪੱਖ ਇਹ ਹੈ PCHS ਦਾ ਕਿ ਇਹ ਕਹਿੰਦੇ ਨੇ ਕਿ ਵਿਹਾਰਕ ਤੌਰ ਤੇ ਬਦਲਿਆ ਜਾਵੇ ਕੱਲੀਆਂ ਗੱਲਾਂ ਨਹੀਂ ਸਿਧਾਂਤਕ ਨਹੀਂ ਜੀਵਨ ਦੇ ਵਿੱਚ ਧਾਰਨ ਕਰੇਗਾ ਜੀ ਕੱਲਾ ਸਟੇਜ ਤੇ ਬੋਲ ਕੇ ਉੱਠ ਜਾਣਾ ਇਹ ਇਹਦੇ ਵਿੱਚ ਨਹੀਂ ਕੀ ਹੋਵੇ ਮਸਲੇ ਦਾ ਹੱਲ ਕਿਉਂਕਿ ਦੇਖੋ ਜੀ ਜਿਵੇਂ ਜਿਵੇਂ ਸਮਾਂ ਬਦਲਦਾ ਪਰਿਸਥਿਤੀਆਂ ਬਦਲਦੀਆਂ ਨਵੀਆਂ ਚੁਣੌਤੀਆਂ ਆਉਂਦੀਆਂ ਔਰ ਨਵੀਆਂ ਚੁਣੌਤੀਆਂ ਨਵੀਂ ਪ੍ਰਤਿਭਾ ਦੀ ਮੰਗ ਕਰਦੀਆਂ ਨਵੇਂ ਦਿਮਾਗ ਦੀ ਮੰਗ ਕਰਦੀਆਂ ਨਵੇਂ ਚਿੰਤਨ ਦੀ ਮੰਗ ਕਰਦੀਆਂ
और वो जे चिंतन असि पुरानी चीजा च लभ लभ के कह दिया होना चाहिए या पुराना जमाना इंज करता सी नहीं असरदा जो मेरे गल हुई नले खुरा ने स्नेहा पहुंचाया मेनो ते मैं नले खुरा नो क्योंकि मुंडा साहब बहुत बिजी होंगे ने जी कैनेडा दे विच पूरी पूरी कम्यूनिटी की सेवा कर रहे हैं पंजाबी कम्यूनिटी बहुत वड्डे मसले हल कर रहे हैं एक पल भी उन्होंने कोले नहीं होंगे गा कि किसी फोन सुनने या कुछ ਸਮਾਂ ਨਰਲੇਵ ਜੀ ਨੂੰ ਕਿਹਾ ਕਿ ਉਹਨਾਂ ਨੂੰ ਸੁਨੇਹਾ ਦਿਓ ਕਿ ਕੱਲੀ ਵੂਮੈਨ ਇੰਪਾਵਰਮੈਂਟ ਕਾਫੀ ਨਹੀਂ ਗੀ ਕਿਉਂਕਿ ਸ਼ਕਤੀ ਬਹੁਤੀ ਵਾਰੀ ਤਬਾਹ ਕੋਲ ਸਾਬਤ ਹੁੰਦੀ ਹੈ ਕੱਲੀ ਸ਼ਕਤੀ ਜੀ ਉਹਦੇ ਉੱਤੇ ਕੁੰਡਾ ਨਾ ਹੋਵੇ ਵਿਜ਼ਡਮ ਦਾ ਸਿਆਣਪ ਦਾ ਤਾਂ ਮੈਂ ਇਹਨੂੰ ਵਿਸ਼ੇ ਨੂੰ ਬਦਲ ਕੇ ਆਖਿਆ ਸੀ ਕਿ ਵੂਮੈਨ ਇੰਪਾਵਰਮੈਂਟ ਐਂਡ ਵਿਜ਼ਡਮ ਔਰਤ ਸ਼ਕਤੀ ਅਤੇ ਸਿਆਣਪ माड़ी मोटी गल कहती ने कहती घरवाले ने कहती क्योंकि बेचारा सताया होया वकील ने एडा वड्डा बना के परचे बना के पेश कर देंदे सो सारी उम्र घर नहीं बजन दिंदे दूजे पासे वो औरतां ने जिहड़ियां सियाणप जिन्हां ने अपनी सियाणप उधरले पासे सियाणप दी घाट है जे घर नूं छड्ड के तुरंत कचहरियां चली जांदियां जिहड़े मसले हल हो सकदे हुंदे परिवार च लैके एक पासे वो औरतां ने बेचारियां जिन्हां च शक्ति दी घाट है जिहड़ियां पिसी जांदियां ने घर दे विच कोई शराबी कबाबी है ਬੜਾ ਘੁੱਟ ਘੁੱਟ ਕੇ ਮਰ ਰਹੀਆਂ ਨੇ ਔਰ ਉਹਦੇ ਨਤੀਜਾ ਹੁੰਦਾ ਕਿ ਬੱਚਿਆਂ ਤੇ ਅਸਰ ਪੈਂਦਾ ਠੀਕ ਹੈ ਜੀ ਉਸ ਸਾਰੇ ਦਾ ਸਾਰਾ ਪੀੜਤ ਹੁੰਦੀਆਂ ਨੇ ਉਹਨਾਂ 'ਚ ਇੰਨੀ ਵੀ ਸ਼ਕਤੀ ਨਹੀਂ ਹੁੰਦੀ ਕਿ ਅਸੀਂ ਇਸ ਮਸਲੇ ਨੂੰ ਹੱਲ ਕਰਨ ਵਾਸਤੇ ਕਿਸੇ ਦੀ ਮਦਦ ਲੈ ਸਕੀਏ ਸੋ ਇਹ ਇਸ ਕਰਕੇ ਹੈ ਜੀ ਵਿਸ਼ੇ ਦੀ ਅਹਿਮੀਅਤ ਇਸ ਕਰਕੇ ਹੈ ਕਿ ਇਹ ਸ਼ਕਤੀ ਤੇ ਸਿਆਣਪ ਨੂੰ ਕਿਵੇਂ ਸਾਵਾ ਕੀਤਾ ਜਾਵੇ ਚਾਹੇ ਔਰਤ ਦੇ ਕੋਲ ਸ਼ਕਤੀ ਵੀ ਹੋਵੇ ਲੇਕਿਨ ਉਹ ਸ਼ਕਤੀ ਨੂੰ ਆਪਣੀ ਸਹਿਰਤ ਨਾਲ ਵਰਤੇ ਨਾਲ ਸਿਆਣਪ ਤੇ ਜਿਹੜਾ ਔਰਤ ਮਰਦ ਦੇ ਵਿੱਚ ਸਾਵਾ ਸੰਬੰਧ ਹੋਵੇ ਸਾਵਾ ਸੰਬੰਧ ਪਰਵਰਿਸ਼ ਕਰਨ ਦਾ ਇੱਕ ਵਿਜ਼ਨ ਹੋਵੇ ਕਿ ਬੱਚੇ ਨੂੰ ਮੈਂ ਕੀ ਬਣਾਉਣਾ ਕਿਵੇਂ ਬਣਾਉਣਾ ਸਾਰੀ ਦੀ ਸਾਰੀ ਸ਼ਕਤੀ ਪਤੀ ਨਾਲ ਲੜਨ ਕੀ ਨਾ ਲੰਘ ਜਾਵੇ ਕਚਹਿਰੀਆਂ ਕੀ ਨਾ ਲੰਘ ਜਾਵੇ ਬੱਚੇ ਵਾਸਤੇ ਉਸ ਸੱਜੀ ਕਿਵੇਂ ਮਾਂ ਬਣੇ ਕਿਵੇਂ ਉਹਨਾਂ ਰਿਸ਼ਤਿਆਂ ਨੂੰ ਬਰਕਰਾਰ ਰੱਖੇ ਕਿਵੇਂ ਪਰਿਵਾਰ ਨੂੰ ਬਰਕਰਾਰ ਰੱਖੇ ਬੰਨ ਕੇ ਕਿਵੇਂ ਰੱਖੇ ਸੋ ਇਹਨਾਂ ਕਈ ਮਸਲੇ ਨੇ ਜਿਹੜੇ ਜਾਂ ਉਹਦੇ ਹਿੱਤ ਦੇ ਵਿੱਚ ਜਿਹੜੇ ਕਾਨੂੰਨ ਬਣੇ ਨੇ ਉਹਨਾਂ ਨੂੰ ਕਿਵੇਂ ਸਹੀ ਢੰਗ ਨਾਲ ਸੋ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਸਾਡਾ ਵਿਚਾਰ ਹੈ ਜੀ ਇਹਦੇ ਬਾਰੇ ਅਸੀਂ ਬੁੱਧੀਜੀਵੀਆਂ ਨਾਲ ਕੋਸ਼ਿਸ਼ਾਂ ਕਰ ਰਹੇ ਹਾਂ ਲਗਾਤਾਰ ਤੁਹਾਡੇ ਚੈਨਲ ਰਾਹੀਂ ਵੀ ਮੈਂ ਅਪੀਲ ਕਰਦਾ ਹਾਂ ਕਿ ਜੇ ਕੋਈ ਬੁੱਧੀਜੀਵੀ ਦੋਸਤ ਇਸ ਬਾਰੇ ਆਪਣੇ ਮੌਲਿਕ ਵਿਚਾਰ ਰੱਖਦਾ ਹੈ ਜੀ ਤਾਂ ਜ਼ਰੂਰ ਤਰਕਬੱਧ ਪ੍ਰੈਕਟੀਕਲੀ ਵਿਹਾਰਕ ਵਿਚਾਰ ਰੱਖਦਾ ਹੈ ਤਾਂ ਸਾਨੂੰ ਜ਼ਰੂਰ ਉਹ ਛਾਪਣ ਦਾ ਰੱਖਿਆ ਹੈਗਾ ਟੀਚਾ ਵੀ ਅਸੀਂ ਇਹਨਾਂ ਇਹਨਾਂ ਦੇ ਛਾਪਣੇ ਆ ਜਾਂ ਇੰਨੇ ਗਿਣਤੀ ਚ ਛਾਪਣੇ ਹੈਗੇ ਨੇ ਫਿਲਹਾਲ ਮੇਰੇ ਦਿਮਾਗ ਚ ਜੀ ਵੀ 20 ਤੋਂ 30 ਤੱਕ 20 ਤੋਂ ਲੈ ਕੇ 30 ਤੱਕ ਜਿਹੜਾ ਝੋਟੀ ਦੇ ਆਰਟੀਕਲ ਹੋਣਗੇ ਖੋਜ ਪੱਤਰ ਉਹ ਛਾਪੇ ਜਾਣ ਅੱਡ ਅੱਡ ਆਸਪੈਕਟ ਤੇ ਔਰ ਜਿਹੜੇ ਆਰਟੀਕਲ ਬਹੁਤ ਆ ਰਹੇ ਨੇ ਖੁੱਲੀ ਅਪੀਲ ਕੀਤੀ ਹੈ ਲੇਕਿਨ ਜਿਹੜੇ ਆਰਟੀਕਲ ਰਹਿ ਗਏ ਉਹਨੂੰ ਉਸ ਪੁਸਤਕ ਦੇ ਦੂਸਰੇ ਭਾਗ ਵਿੱਚ ਛਾਪਾਂਗੇ थोड़ा जा होर सोचो ता जो जो नवे लेखक है कुछ प्रैक्टिकली हो जाए वध तों वध ਸੋ ਇਹ ਐਸੀ ਕੰਮ ਹੈ ਜਿਹੜਾ ਵਿਹਾਰਕ ਢੰਗ ਨਾਲ ਕੀਤਾ ਜਾ ਰਿਹਾ ਹੈ ਜਿਹੜਾ ਪੁਸਤਕ ਵਾਲਾ ਪ੍ਰੋਜੈਕਟ ਹੈ ਜੀ ਤਕਰੀਬਨ ਕਦੋਂ ਖਤਮ ਹੋ ਜਾਏਗਾ ਤੇ ਜਦੋਂ ਪੁਸਤਕ ਤੁਸੀਂ ਰਿਲੀਜ਼ ਕਰੋਗੇ ਜਿਹੜਾ ਤੁਸੀਂ ਉਹ ਇੰਟਰਨੈਸ਼ਨਲ
ਸੈਮੀਨਾਰ ਕਰਨਾ ਔਰਤ ਸ਼ਕਤੀਕਰਨ ਤੇ ਅਗਵਾਈ ਦੇ ਕੁਝ ਵਿਸ਼ੇਸ਼ ਬੁੱਧੀਜੀਵੀ ਉਹਨਾਂ ਨੂੰ ਅਸੀਂ ਬੁਲਾਵਾਂਗੇ ਜਾਂ ਕੋਲਜ ਦੇ ਵਿੱਚ ਬੈਠੇ ਨੇ ਜਾਂ ਕੋਈ ਹੋਰ ਵਿਹਾਰਕ ਤੌਰ ਤੇ ਕੋਈ ਸੰਸਥਾ 'ਚ ਕੰਮ ਕਰ ਰਹੇ ਨੇ ਉਹਨਾਂ ਦੀ ਅਗਵਾਈ 'ਚ ਇਹ ਸੈਮੀਨਾਰ ਕਰਾਂਗੇ ਬੱਚਿਆਂ ਦੀਆਂ ਤਕਲੀਫਾਂ ਵੀ ਪੁੱਛਾਂਗੇ ਮੌਕੇ ਤੇ ਵੀ ਇਹ 10 ਤੇ 11 ਦੋ ਦਿਨ ਦਾ ਹੋਏਗਾ ਜੀ ਕਿੱਥੇ ਰੱਖਿਆ ਜੀ ਇਹ ਆਪਾਂ ਜਗ੍ਹਾ ਜ਼ਿਆਦਾ ਕੇਂਦਰਿਤ ਅਸੀਂ ਮੌਕੇ ਤੇ ਹਾਂ ਜੀ ਕਿਉਂਕਿ ਇੱਥੇ ਕੰਮ ਕਰਦੇ ਨੂੰ 5 ਸਾਲ ਹੋ ਗਏ ਨੇ ਠੀਕ ਠੀਕ ਔਰ ਅਜੇ ਕਾਲਜ ਡਿਸਾਈਡ ਨਹੀਂ ਹੋਇਆਗਾ ਠੀਕ ਚਲੋ ਹੋ ਜਾਏਗਾ ਥੋੜਾ ਹਾਂ ਜੀ ਮਤਲਬ ਮੇਨ ਮਕਸਦ ਇਹ ਵੀ ਸਾਡਾ ਜਿਹੜਾ ਸੈਮੀਨਾਰ ਅੰਤਰਰਾਸ਼ਟਰੀ ਪੱਧਰ ਦਾ ਜੀ ਉਹ ਮੌਕੇ 'ਚ ਹੋਏ ਹਾਂ ਮੌਕੇ 'ਚ ਔਰ ਦੂਸਰੀ ਗੱਲ ਇਹ ਹੈ ਕਿਉਂਕਿ ਮੈਂ ਕੱਲ ਬਾਬਾ ਫਰੀਦ ਯੂਨੀਵਰਸਿਟੀ ਅਸੀਂ ਇੱਕ ਸੈਮੀਨਾਰ ਕਰਕੇ ਆਏ ਬਾਬਾ ਫਰੀਦ ਜੀ ਦੇ ਅਜੇ ਪਰਸੋਂ ਦੇ ਉੱਤੇ ਉਹਨਾਂ ਨੇ ਸੱਦਾ ਦਿੱਤਾ ਕਿ ਸਾਡੇ ਕੋਲ ਕਰੋ ਟੱਲੇਵਾਲ ਅਕੈਡਮੀ ਵਾਲੇ ਕਹਿੰਦੇ ਸਾਡੇ ਕੋਲ ਕਰੋ ਤੇ ਸਾਰੇ ਚਲੋ ਮੈਂ ਬੀਐਡ ਕਾਲਜ ਕੱਲ ਸੀਗੇ ਅਸੀਂ ਮੈਂ ਅਸੀਂ ਪਾਤਰ ਸਾਹਿਬ ਸੀਗੇ ਉਹ ਕਹਿੰਦੇ ਜੀ ਤੁਸੀਂ ਬੀਐਡ ਕਾਲਜ ਤੁਹਾਡੇ ਲਈ ਖੁੱਲ੍ਹਾ ਹੈ ਕਿਉਂਕਿ ਇੱਕ ਅੱਛਾ ਕੰਮ ਹੈਗਾ ਸੋ ਇਹ ਅਜੇ ਵਿਚਾਰ ਦੇਣ ਦਾ ਸਾਰਾ ਮਸਲਾ ਔਰ ਇਹਨੂੰ ਅਸੀਂ 20 ਦਿਨ ਦੇ ਵਿੱਚ ਡਿਸਾਈਡ ਕਰ ਲਿਆ ਚੋਣ ਕਰਕੇ 31 ਮਾਰਚ ਤੱਕ ਇਹ ਪ੍ਰੋਜੈਕਟ ਜਿਹੜਾ ਮੁਕੰਮਲ 31 ਮਾਰਚ 2018 ਨਾਲੇ ਉਸ ਤੋਂ ਅਗਲਾ ਜਿਹੜਾ ਕੰਮ ਅਗਲੇ ਸਾਲ ਦੇ ਮਿੱਥੇ ਜਾਣਗੇ ਔਰ ਉਦੋਂ ਹੀ ਇਹ ਪੁਸਤਕ ਰਿਲੀਜ਼ ਕਰਾਂਗੇ ਉਸ ਤੋਂ ਪਹਿਲਾਂ ਜਿਹੜਾ ਇਹ ਸੈਮੀਨਾਰ ਹੋ ਰਿਹਾ ਸਾਡਾ ਉਹਦੇ ਵਿੱਚ ਇੱਕ ਪਿਛਲੀ ਵਾਰ ਟੌਪਿਕ ਦਿੱਤਾ ਸੀਗਾ ਪਰਵਰਿਸ਼ ਨੂੰ ਕਿਵੇਂ ਅਧਿਆਪਕ ਪਰਵਰਿਸ਼ ਕਿਵੇਂ ਕਰੇ ਮਾਤਾ ਪਿਤਾ ਕਿਵੇਂ ਕਰੇ ਸੋਸਾਇਟੀ ਕਿਵੇਂ ਕਰੇ ਬੱਚੇ ਵਾਸਤੇ ਉਹ ਪ੍ਰੋਜੈਕਟ ਡਾਕਟਰ ਚਮਕੌਰ ਸਿੰਘ ਹਰੋਂ ਦਿੱਤਾ ਹੋਇਆ ਔਰ ਉਹ ਬੁੱਕ ਅਸੀਂ ਇੱਥੇ ਰਿਲੀਜ਼ ਕਰਾਂਗੇ ਜਿਹੜਾ ਤੁਹਾਡਾ ਨਵੰਬਰ ਦੇ ਵਿੱਚ ਅੰਤਰਰਾਸ਼ਟਰੀ ਸੈਮੀਨਾਰ ਜੀ 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 ਸਰ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ